ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਦਾਬ ਸਾਰਿਆਂ ਨੂੰ। ਆਹ ਜਿਹੜੇ ਲੋਕ ਕਹਿੰਦੇ ਆ ਕਿ ਕਿਸਾਨ ਦਿੱਲੀ ਆ ਗਏ, ਕਿਸਾਨ ਦਿੱਲੀ ਆ ਗਏ, ਦਿੱਲੀ ਤੁਹਾਡੇ ਬਾਪ ਦੀ ਨਹੀਂ ਹੈਗੀ, ਦਿੱਲੀ ਸਭ ਦੀ ਆ। ਇੱਥੇ ਕੋਈ ਵੀ ਆ ਸਕਦਾ, ਕੋਈ ਵੀ ਜਾ ਸਕਦਾ ਹੈ। ਅਤੇ ਨਾਲੇ ਮੋਦੀ ਦੇ ਭਗਤ ਜਿੰਨੇ ਵੀ ਗੋਦੀ ਮੀਡੀਆ ਹੋ ਗਿਆ ਕਿ ਨੈਸ਼ਨਲ ਝੰਡੇ ਦਾ ਅਪਮਾਨ ਕੀਤਾ ਆ, ਉਹ ਸ਼ਰਮ ਕਰੋ। ਤੁਹਾਨੂੰ ਝੰਡੇ ਦੀ ਵੈਲਿਊ ਪਤਾ ਵੀ ਹੈ? ਝੰਡੇ ਦੀ ਵੈਲਿਊ ਕੀ ਆ? ਸਾਡੇ ਪੰਜਾਬ ਦੇ ਵਿੱਚ ਹਰ ਇੱਕ ਦਿਨ ਇੱਕ ਫੌਜੀ ਵੀਰ ਦੀ ਲਾਸ਼ ਝੰਡੇ 'ਚ ਲਿਪਟ ਕੇ ਆਉਂਦੀ ਆ। ਅਤੇ ਸਾਡੇ ਕਿੰਨੇ ਇੱਥੇ ਪੰਜਾਬ 'ਚ ਘਰ ਉੱਜੜਦੇ ਆ, ਉਹ ਜਿਹੜੇ ਘਰ ਉੱਜੜਦੇ ਆ ਸ਼ਹੀਦ ਹੁੰਦੇ ਆ ਲੋਕ, ਸਾਡੇ ਫੌਜੀ ਵੀਰ, ਉਹ ਇਕੱਲੇ ਪੰਜਾਬ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਹੁੰਦੇ ਆ। ਅਤੇ ਜਦੋਂ ਕਿਸਾਨ ਵੀਰ ਬਾਰਡਰ 'ਤੇ ਖੜ ਕੇ ਆਪਣੀ ਸ਼ਹੀਦੀ ਦੇ ਰਿਹਾ ਹੁੰਦਾ ਤਾਂ ਉਹਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਆ। ਉਦੋਂ ਕਿਉਂ ਨਹੀਂ ਕੋਈ ਕੁਐਸਚਨ ਪੁੱਟ ਕਰਦਾ ਕਿ ਤੁਸੀਂ ਨਿਸ਼ਾਨ ਸਾਹਿਬ ਕਿਉਂ ਫੜਿਆ ਹੋਇਆ ਹੱਥ 'ਚ? ਅਤੇ ਨਾਲੇ ਤੁਸੀਂ ਕੁਐਸਚਨ ਕਿਤੇ ਕਰ ਰਹੇ ਹੋ ਯਾਰ ਨਿਸ਼ਾਨ ਸਾਹਿਬ 'ਤੇ? ਸ਼ਰਮ ਕਰੋ, ਇੱਕ ਗੁਰੂ ਸਾਹਿਬ ਦੀ ਚੀਜ਼ ਆ ਉਹ ਜਿਹਤੇ ਤੁਸੀਂ ਕੁਐਸਚਨ ਕਰ ਰਹੇ ਹੋ। ਜੇ ਨਿਸ਼ਾਨ ਸਾਹਿਬ ਉੱਥੇ ਖਾਲੀ ਪੋਲ 'ਤੇ ਚੜ੍ਹਾ ਦਿੱਤਾ ਨੌਜਵਾਨ ਨੇ, ਕੀ ਹੋ ਗਿਆ? ਕੋਈ ਵੱਡੀ ਗੱਲ ਨਹੀਂ। ਅਤੇ ਨਾਲੇ ਮੋਦੀ ਨੇ ਜਦੋਂ ਆਪਣੇ ਪਾਰਲੀਮੈਂਟ ਦਾ ਉਦਘਾਟਨ ਕੀਤਾ ਸੀਗਾ, ਉਹਨੇ ਭੂਮੀ ਪੂਜਨ ਕਿਉਂ ਕਰਵਾਇਆ? ਅਤੇ ਹਿੰਦੁਸਤਾਨ ਨੂੰ ਹਿੰਦੁਸਤਾਨ ਕਿਉਂ ਕਹਿੰਦੇ ਹੋ? ਇਹ ਇਕੱਲਾ ਹਿੰਦੁਸਤਾਨ ਹੀ ਪੂਰਾ ਸਭ ਦਾ ਸਾਂਝਾ ਆ, ਇਹ ਸਿੱਖਾਂ ਦਾ ਵੀ, ਇਹ ਤੇ ਉਨਾ ਹੀ ਅਧਿਕਾਰ ਆ। ਆਪਣੀ ਕਦੇ ਆਪਣੀ ਜ਼ਿੱਦ ਨਾ ਚਲਾਇਆ ਕਰੋ। ਮੁਸਲਮਾਨਾਂ ਦਾ ਵੀ ਉਨਾ ਵਾ, ਕ੍ਰਿਸ਼ਨਾਂ ਦਾ ਵੀ ਉਨਾ ਵਾ, ਸਭ ਦਾ ਸਾਂਝਾ ਆ। ਭਾਰਤ ਕੋਈ ਨਹੀਂ, ਇੰਡੀਆ ਕੋਈ, ਹਿੰਦੁਸਤਾਨ ਕਿਉਂ ਕਹਿੰਦੇ ਇਹਨੂੰ? ਇਹ ਸਭ ਦਾ ਸਾਂਝਾ ਆ, ਆਪਣੀ ਨਾ ਚਲਾਇਆ ਕਰੋ ਹਮੇਸ਼ਾ। ਹੁਣ ਸਭ ਨੂੰ ਨੌਲੇਜ ਆ ਗਈ ਕਿ ਕਿਹੜਾ ਕੰਮ ਕਿੱਦਾਂ ਕਰਨਾ ਆ। ਹੁਣ ਕੋਈ ਵੀ ਇਨਸਾਨ ਆਪਣੇ ਆਪ 'ਤੇ ਅਤਿਆਚਾਰ ਨਹੀਂ ਹੋਣ ਦਊਗਾ ਸਰਕਾਰ ਦਾ। ਅਤੇ ਨਾਲ ਇੱਕ ਗੱਲ ਹੋਰ, ਕੌਣ ਕਹਿੰਦਾ ਵੀ ਉੱਥੋਂ ਇਹ ਡਰ ਕੇ ਭੱਜ ਗਏ ਆ? ਕੋਈ ਉੱਥੋਂ ਕੋਈ ਕਿਸਾਨ ਵੀਰ ਨਹੀਂ ਭੱਜਿਆ ਹੈਗਾ, ਸਾਰੇ ਉੱਥੇ ਹੀ ਆ। ਸਗੋਂ ਇਕੱਠ ਦੁੱਗਣਾ ਹੋ ਗਿਆ ਉੱਥੇ ਪਹਿਲਾਂ ਨਾਲੋਂ ਜ਼ਿਆਦਾ। ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਹਰਿਆਣਾ ਦਾ, ਯੂਪੀ ਦਾ, ਕਿ ਜੋ ਰਾਤੋਂ ਰਾਤ ਗਾਜ਼ੀਪੁਰ ਜੋ ਵੀ ਸਹੂਲਤਾਂ ਚਾਹੀਦੀਆਂ ਸੀ ਸਾਰੀਆਂ ਉੱਥੇ ਦੁਬਾਰਾ ਪਹੁੰਚੀਆਂ ਗਈਆਂ। ਸੋ ਇਕੱਠ ਪਹਿਲਾਂ ਨਾਲੋਂ ਜ਼ਿਆਦਾ ਦੁੱਗਣਾ ਆ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਡਟੇ ਰਹੋ, ਸੰਘਰਸ਼ ਅਸਲੀ ਹੁਣ ਸ਼ੁਰੂ ਹੋਇਆ, ਕਿਸਾਨ ਏਕਤਾ ਜ਼ਿੰਦਾਬਾਦ। ਇਹਨਾਂ ਨੇ ਇੰਟਰਨੈਟ ਬੰਦ ਕੀਤਾ ਨਾ ਕਿ ਉੱਥੋਂ ਵੀਡੀਓ ਨਹੀਂ ਆ ਰਹੀ, ਇਹਦੇ ਭਾਣੇ ਕਿਤੇ ਆਪਣਾ ਮਤਲਬ ਕਿ ਇਕੱਠ ਘੱਟ ਗਿਆ, ਇਕੱਠ ਤੇ ਦੁੱਗਣਾ ਹੋ ਗਿਆ। ਨਹੀਂ ਨਹੀਂ, ਉਹ ਵੱਧਦਾ ਹੀ ਜਾਣਾ, ਸੰਘਰਸ਼ ਅਸਲੀ ਹੁਣ ਸ਼ੁਰੂ ਹੋਇਆ। ਜਿਹੜੇ ਲੋਕ ਕਹਿੰਦੇ ਮੇਲਾ ਮੇਲਾ ਮੇਲਾ, ਹੁਣ ਦੇਖਿਓ ਤੁਹਾਨੂੰ ਕੀ ਪੂਰਾ ਸੱਚਾਈ ਹੁਣ ਸਾਹਮਣੇ ਆਊਗੀ, ਕਿਉਂਕਿ ਕਿਸੇ ਵੀ ਕਿਸਾਨ ਨੇ ਉੱਥੋਂ ਵਾਪਸ ਨਹੀਂ ਆਉਣਾ। ਇਹ ਮੋਦੀ ਸਰਕਾਰ ਨੂੰ ਮੰਨਣਾ ਹੀ ਪੈਣਾ ਆ, ਅਤੇ ਉਹ ਭਲੇ ਮਾਨਸ ਹੋ ਕੇ ਮੰਨ ਜੇ, ਨਹੀਂ ਫਿਰ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਣਾ। ਧੰਨਵਾਦ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।